ਸਤਿ ਸ਼੍ਰੀ ਅਕਾਲ ਮੈਂ ਹਾਂ ਵੰਦਨਾ ਖੰਨਾ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੀਲ ਯੂ ਐਸ ਏ ਟੀ ਵੀ ਤੇ ਹੁਣ ਪੇਸ਼ ਨੇ ਦੁਨੀਆ ਭਰ ਦੀਆਂ ਚੋਣਵੀਆਂ ਖਬਰਾਂ ਅਮਰੀਕਾ ਨੇ ਚੀਨ ਨੂੰ ਸਬਕ ਸਿਖਾਉਣ ਲਈ ਏਸ਼ੀਆ ਚਰਨ ਨੀਤੀ ਕੇਰਾ ਬੰਦੀ ਨੂੰ ਕੀਤਾ ਤੇਜ਼ ਹਿੰਦ ਮਹਾਸਾਗਰ ਤੇ ਚੀਨ ਦੇ ਕੁਝ ਪੈਰ ਰੋਕਣ ਲਈ ਅਮਰੀਕੀ ਫੌਜ ਨੇ ਹੈਲੀਕਾਪਟਰਾਂ ਦੀ ਗਸ਼ਟਵਡਾਈ ਕੀਤੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰਪ ਨੇ ਚੀਨ ਨੂੰ ਦਿੱਤਾ ਅੰਦੇਸ਼ ਕਿ ਹਾਕੀ ਕਰੋਨਾ ਵਾਇਰਸ ਫਲਾਅ ਲਈ ਚੀਨ ਨੂੰ ਵੱਡੀ ਕੀਮਤ ਚੁਕਾਣੀ ਪਵੇਗੀ ਅਮਰੀਕੀ ਉਪ ਰਾਸ਼ਟਰਪਤੀ ਉਤਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਰੋਨਾ ਮਹਾਮਾਰੀ ਦੇ ਪ੍ਰਬੰਧਨ ਨੂੰ ਅਮਰੀਕੀ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਇਤਿਹਾਸਕ ਅਸਫਲਤਾ ਦੱਸਿਆ। ਕੈਲੀਫੋਰਨੀਆ ਇਵੈਂਟਸ ਕੋਲੀਸ਼ਨ ਵੱਲੋਂ ਵੱਖ-ਵੱਖ ਸ਼ਹਿਰਾਂ 'ਚ 21 ਮਾਰਚ ਦਾ ਆਯੋਜਨ ਕੀਤਾ ਗਿਆ। ਡੈਮੋਕ੍ਰੈਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਪ੍ਰਸ਼ਾਸਨ ਵੱਲੋਂ H1B ਵੀਜ਼ਾ ਪ੍ਰੋਗਰਾਮ ਵਿੱਚ ਐਲਾਨੀਆਂ ਕਰਦੀਆਂ ਹਨ ਕਿ ਚੀਨਿੰਦਾਂ ਕੈਨੇਡਾ ਇਮੀਗ੍ਰੇਸ਼ਨ ਤੋਂ ਖਤੜੀ ਮਾਮਲੇ 'ਚ 4 ਹੋਰ ਪੰਜਾਬੀਆਂ ਦੇ ਨਾਮ ਆਏ ਸਾਹਮਣੇ ਜਲਦ ਹੋ ਸਕਦੀਆਂ ਨੇ ਗ੍ਰਿਫਤਾਰੀਆਂ ਕੈਨੇਡਾ ਦੇ ਮਾਂਟਰੀਅਲ 'ਚ ਇੱਕ ਕਹਾਸੀ ਦੌਰਾਨ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਲਈਕਾਰ ਡਿੱਗਣ ਕਾਰਨ ਹੋਇਆ ਹਾਦਸਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਨੇ ਚੀਨ ਨੂੰ ਸਬਕ ਸਿਖਾਉਣ ਲਈ ਏਸ਼ੀਆ ਵਿੱਚ ਰਣਨੀਤਿਕੇ ਰਾਬੰਦੀ ਨੂੰ ਤੇਜ਼ ਕਰ ਦਿੱਤਾ ਹੈ ਅਮਰੀਕੀ ਤਾਕਤ ਦਾ ਪ੍ਰਤੀਕ ਆਖੇ ਜਾਣ ਵਾਲੇ ਉਸਦੇ 20 에ਅਰਕ੍ਰਾਫਟ ਅਤੇ ਹੈਲੀਕਾਪਟਰਸ ਕੈਰੀਅਰਸ ਵਿੱਚੋਂ ਤਿੰਨ ਲਗਾਤਾਰ ਏਸ਼ੀਆ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਗਸ਼ਤ ਕਰ ਰਹੇ ਨੇ ਇਸ ਵੇਲੇ ਹਿੰਦ ਮਹਾਸਾਗਰ ਵਿੱਚ ਚੀਨ ਦੀ ਕੁਸਪੈਟ ਨੂੰ ਰੋਕਣ ਲਈ ਅਮਰੀਕਾ ਦਾ ਟੌਪ ਕਲਾਸ ਦਾ 에ਅਰਕ੍ਰਾਫਟ ਕੈਰੀਅਰ ਯੂ ਐਸ ਐਸ ਰੋਨਾਲਡ ਰੀਗਨ ਅੰਡੇਮਾਨ ਕੋਲ ਪਹੁੰਚਿਆ ਹੋਇਆ ਹੈ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਇਸ 에ਅਰਕ੍ਰਾਫਟ ਕੈਰੀਅਰ ਤੇ ਅਮਰੀਕਾ ਦੇ 90 ਲੜਾਕੂ ਜਹਾਜ਼ ਅਤੇ ਤਣਾਤ ਨੇ ਅਮਰੀਕਾ ਨੇ ਹਾਲੇ ਵਿੱਚ ਇੱਥੇ B2 ਬੰਬਾਰ ਨੂੰ ਵੀ ਤਣਾਤ ਕੀਤਾ ਇਸ ਖੇਤਰ ਵਿੱਚ ਆਪਣੀ ਤਾਕਤ ਨੂੰ ਵਧਾ ਕੇ ਅਮਰੀਕਾ ਚੀਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਿੰਦ ਮਹਾਸਾਗਰ ਵਿੱਚ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ਤੇ ਲਗਾਮ ਲਾਉਣ ਲਈ ਅਮਰੀਕਾ ਨੇ ਆਪਣੇ ਤਿੰਨ 에ਰਕ੍ਰਾਫਟ ਕੈਰੀਅਰਸ ਨੂੰ ਇਸ ਇਲਾਕੇ ਵਿੱਚ ਤਣਾਤ ਕੀਤਾ ਉੱਥੇ ਅਮਰੀਕਾ ਦੀਆਂ ਹਮਲਾਵਰ ਗਤੀਵਿਧੀਆਂ ਨਾਲ ਵਿਖਲਾਇਆ ਚੀਨ ਵਾਰ-ਵਾਰ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ ਅਮਰੀਕਾ ਦੇ ਸੁਪਰ ਕੈਰੀਅਰਸ ਵਿੱਚ ਯੂ ਐਸ ਐਸ ਰੋਨਾਲਡ ਰੀਗਨ ਨੂੰ ਬਹੁਤ ਤਾਕਤਵਰ ਮੰਨਿਆ ਜਾਂਦਾ ਹੈ ਅਮਰੀਕੀ ਰਾਸ਼ਟਰਪਤੀ ਰੋਨਲਡ 트੍ਰੰਪ ਨੇ ਚੀਨ ਨੂੰ ਵਿਸ਼ਵ ਪੱਧਰ ਤੇ ਕਰੋਨਾ ਵਾਇਰਸ ਫੈਲਾਉਣ ਲਈ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੀਨ ਨੂੰ ਇਸ ਲਈ ਵੱਡੀ ਕੀਮਤ ਚੁਕਾਣੀ ਪਵੇਗੀ 트੍ਰੰਪ ਨੇ ਟਵਿੱਟਰ ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਚੀਨ ਨੂੰ ਇਸ ਮਹਾਮਾਰੀ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ 트੍ਰੰਪ ਨੇ ਕਿਹਾ ਕਿ ਜੋ ਵੀ ਹੋਇਆ ਇਸ 'ਚ ਤੁਹਾਡੀ ਗਲਤੀ ਨਹੀਂ ਸਗੇ ਸਭ ਚੀਨ ਦੀ ਗਲਤੀ ਹੈ ਤੇ ਸਭ ਕੁਝ ਕਰਨ ਲਈ ਚੀਨ ਇੱਕ ਵੱਡੀ ਕੀਮਤ ਚੁਕਾਉਣ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹਮੇਸ਼ਾ ਯਾਦ ਰੱਖੋ ਕਿ ਇਹ ਚੀਨ ਦੀ ਗਲਤੀ ਹੈ ਹਾਲਾਂਕਿ 트럼ਪ ਨੇ ਅਜੇ ਕੋਈ ਵੇਰਵੇ ਨਹੀਂ ਦਿੱਤੇ ਪਰ ਪਿਛਲੇ ਕੁਝ ਮਹੀਨਿਆਂ ਵਿੱਚ 트럼ਪ ਪ੍ਰਸ਼ਾਸਨ ਨੇ ਚੀਨ ਖਿਲਾਫ ਕਈ ਠੋਸ ਕਦਮ ਚੁੱਕੇ ਨੇ ਜਿਸ ਵਿੱਚ ਚਾਈਨੀਜ਼ ਕਮਿਊਨਿਸਟ ਪਾਰਟੀ ਦੀ ਅਧਿਕਾਰੀਆਂ ਤੇ ਵੀਜ਼ੇ ਦੀ ਪਾਬੰਦੀ ਸ਼ਾਮਲ ਹੈ ਅਮਰੀਕੀ ਉਪਰਾਸ਼ਟਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਮੌਜੂਦਾ ਉਪਰਾਸ਼ਟਪਤੀ ਮਾਈਕ ਪੈਂਸ ਵਿੱਚ ਚੋਣਾਂ ਨੂੰ ਲੈ ਕੇ ਲਾਈਵ ਟੀਵੀ ਡਿਬੇਟ ਸੌਰਟ ਲੇਕ ਸਿਟੀ ਵਿਖੇ ਹੋਈ ਬਹਿਸ ਦੀ ਸ਼ੁਰੂਆਤ ਕਰਦੇ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਕਰੋਨਾ ਮਹਾਮਾਰੀ ਦੇ ਪ੍ਰਬੰਧਨ ਨੂੰ ਅਮਰੀਕੀ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਇਤਿਹਾਸਕ ਅਸਫਲਤਾ ਦੱਸਿਆ ਕਮਲਾ ਹੈਰਿਸ ਨੇ ਮਾਈਕ ਪੈਂਸ ਜੋ ਰਾਸ਼ਟਰਪਤੀ ਦੇ ਕਰੋਨਾ ਵਾਇਰਸ ਟਾਸਕ ਫੋਰਸ ਦੀ ਅਗਵਾਈ ਵੀ ਕਰਦੇ ਰਹੇ ਨੇ ਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਇਸ ਪ੍ਰਸ਼ਾਸਨ ਦੀ ਅਯੋਗਤਾ ਕਾਰਨ 215000 ਤੋਂ ਜ਼ਿਆਦਾ ਲੋਕਾਂ ਨੇ ਆਪਣੀਆਂ ਜਾਨਾਂ ਇਸ ਮਹਾਮਾਰੀ ਕਾਰਨ ਗਵਾ ਦਿੱਤੀਆਂ ਨੇ ਅਮਰੀਕਾ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗੀ ਹੈ ਲੱਖਾਂ ਲੋਕ ਘਰਾਂ ਵਿੱਚ ਵਿਹਲੇ ਬੈਠ ਗਏ ਨੇ ਉਹਨਾਂ ਕਿਹਾ ਕਿ ਟਰੰਪ ਨੇ ਲੋਕਾਂ ਤੋਂ ਸੱਚ ਨੂੰ ਲੁਕਾਇਆ ਮਾਈਕ ਪੈਂਸ ਨੇ ਕਿਹਾ ਕਿ ਰਾਸ਼ਪਤੀ ਟਰੰਪ ਵੱਲੋਂ ਚੁੱਕੇ ਕਦਮਾਂ ਨੇ ਹਜ਼ਾਰਾਂ ਅਮਰੀਕੀ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਉਹਨਾਂ ਇਹ ਵੀ ਕਿਹਾ ਕਿ ਕੋਰੋਨਾ ਕਾਰਨ ਸਾਡਾ ਰਾਸ਼ਟਰ ਬਹੁਤ ਹੀ ਚੁਣੌਤੀ ਭਰਪੂਰ ਸਮੇਂ ਵਿੱਚੋਂ ਲੰਘਿਆ ਇਸ ਸਿੱਖੀ ਬਹਿਸ ਬਾਰੇ ਰਾਜਨੀਤਿਕ ਵਿਸ਼ਲੇਸ਼ਕ ਮੰਨਦੇ ਨੇ ਕਿ ਕਮਲਾ ਹੈਰਿਸ ਮਾਈਕ ਪੈਂਸ ਉਤੇ ਕਾਫੀ ਹਮਲਾਵਰ ਰਹੀ ਅੱਜ ਦੀ ਬਹਿਸ ਵਿੱਚ ਦੋਵਾਂ ਨੂੰ 77 70 ਅੰਕ ਦਿੱਤੇ ਗਏ ਨੇ ਡੈਮੋਕ੍ਰੈਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਨਤਾ ਦੀ رائے ਲਏ ਬਿਨਾ H1B ਗੈਰ ਪ੍ਰਵਾਸ ਵੀਜ਼ਾ ਪ੍ਰੋਗਰਾਮ ਵਿੱਚ ਐਲਾਨੀਆਂ ਬਹੁਤ ਸਾਰੀਆਂ ਤਬਦੀਲੀਆਂ ਦੀ ਨਿੰਦਾ ਕਰਦੇ ਕਿਹਾ ਕਿ ਸਪਸ਼ਟ ਤੌਰ ਤੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਸਿਆਸੀ ਮਫਾਦਾ ਲਈ ਕੀਤੀ ਕਾਰਵਾਈ ਹੈ ਹੋਮਲੈਂਡ ਸੁਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਅੰਤਰੀਮ ਨਿਯਮ ਦਾ ਐਲਾਨ ਕੀਤਾ ਜੋ ਕਿ 트럼ਪ ਪ੍ਰਸ਼ਾਸਨ ਅਨੁਸਾਰ ਅਮਰੀਕੀ ਵਰਕਰਾਂ ਨੂੰ ਬਚਾਉਣ ਭਰੋਸਾ ਜਿੱਤਣਾਂ ਤੇ ਇਹ ਗਰੰਟੀ ਦੇਣ ਲਈ ਕੀਤਾ ਹੈ ਕਿ H1B ਪਟੀਸ਼ਨਾਂ ਕੇਵਲ ਯੋਗਲਾਪ ਪ੍ਰਾਪਤੀਆਂ ਅਤੇ ਪਟੀਸ਼ਨਰਾਂ ਦੀਆਂ ਹੀ ਪ੍ਰਵਾਨ ਕੀਤੀਆਂ ਜਾਂਦੀਆਂ ਹਨ ਇਸ ਕਦਮ ਨਾਲ ਭਾਰਤ ਦੇ ਹਜ਼ਾਰਾਂ ਆਈਟੀ ਪ੍ਰੋਫੈਸ਼ਨਲ ਪ੍ਰਭਾਵਿਤ ਹੋਣਗੇ ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜੇਰਲਡ ਨਡਲੇਰ ਨੇ ਅੱਜ ਕਿਹਾ ਕਿ ਚੋਣਾ ਵਿੱਚ 30 ਦਿਨਾਂ ਤੋਂ ਵੀ ਘੱਟ ਸਮਾਂ ਰਹਿ ਗਿਆ 트ੰਪ ਪ੍ਰਸ਼ਾਸਨ ਨੇ ਐਲਾਨ ਕਰ ਦਿੱਤਾ ਹੈ ਕਿ ਉਹ H1B ਵੀਜ਼ਾ ਪ੍ਰੋਗਰਾਮ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ ਲਾਗੂ ਕਰਨਗੇ ਤੇ ਉਹ ਅਜਿਹਾ ਆਮ ਨੋਟਿਸ ਅਤੇ ਟਿੱਪਣੀ ਪ੍ਰਕਿਰਿਆ ਰਾਹੀਂ ਕਰਨਗੇ ਜੋ ਕਿ ਪ੍ਰਸ਼ਾਸਕੀ ਪ੍ਰਕਿਰਿਆ ਲਈ ਲੋੜੀਂਦੀ ਹੈ ਡੈਮੋਕ੍ਰੇਟ ਨੇ ਕਿਹਾ ਕਿ ਦਰਸਤੀ ਨਾਲ ਪ੍ਰੋਗਰਾਮ ਲਾਜ਼ਮੀ ਤੌਰ ਤੇ ਵਦੇਰੇ ਫਾਇਦੇਮੰਦ ਹੁੰਦਾ ਹੈ ਪਰ ਅਮਰੀਕੀ ਕਾਨੂੰਨ ਅਨੁਸਾਰ ਅਜਿਹਾ ਸੌਦਾ ਲਾਗੂ ਕਰਨ ਤੋਂ ਪਹਿਲਾਂ ਜਨਤਾ ਨੂੰ ਲੋੜਿੰਦੇ ਨੋਟਿਸ ਦੇਣੇ ਅਤੇ ਟਿੱਪਣੀਆਂ ਕਰਨ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈ ਇਸ ਨੂੰ ਸਿੱਧੇ ਤੌਰ ਤੇ ਕੇਵਲ ਅੰਤਰੀਮ ਨਿਯਮ ਨਹੀਂ ਬਣਾਇਆ ਜਾ ਸਕਦਾ ਕੈਲੀਫੋਰਨੀਆ ਇਵੈਂਟਸ ਕੋਲੀਸ਼ਨ ਵੱਲੋਂ ਫਿਊਨਰਲ ਮਾਰਚ ਦਾ ਆਯੋਜਨ ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਅਦਾਰੇ ਬੰਦ ਹੋਣ ਤੇ ਕੀਤਾ ਗਿਆ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਈਵੈਂਟ ਅਤੇ ਵੈਡਿੰਗ ਪਲੈਨਰ ਵੀ ਬੇਰੋਜ਼ਗਾਰ ਹੋ ਚੁੱਕੇ ਨੇ ਇਸ ਵਿਰੋਧ ਦੇ ਵਿੱਚ ਵੀ ਇਹ ਮਾਰਚ ਕੱਢਿਆ ਗਿਆ ਇਸੇ ਤਹਿਤ ਅੱਜ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਬੰਧੀ ਅਰਥੀ ਪ੍ਰਦਰਸ਼ਨ ਕੀਤੇ ਗਏ ਇਹ ਪ੍ਰਦਰਸ਼ਨ ਸਾਨ ਫਰਾਂਸਿਸਕੋ ਲਾਸ ਐਂਜਲਿਸ ਤੋਂ ਇਲਾਵਾ ਕੈਲੀਫੋਰਨੀਆ ਦੀ ਰਾਜस्तानी ਸੈਕਰਮੈਂਟੋ ਵਿਖੇ ਵੀ ਕੀਤੇ ਗਏ ਸੈਕਰਮੈਂਟੋ ਦਾ ਪ੍ਰਦਰਸ਼ਨ ਰਾਜस्तानी ਦੇ ਬਾਹਰ ਹੋਇਆ ਜਿੱਥੇ ਇਵੈਂਟ ਅਤੇ ਵਿਆਹ ਸਮਾਗਮ ਨਾਲ ਸੰਬੰਧਿਤ ਵੱਖ-ਵੱਖ ਵਪਾਰਕ ਧਾਰਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਇਵੈਂਟ ਹਾਲ ਡੈਕੋਰੇਸ਼ਨ ਫੋਟੋਗ੍ਰਾਫਰ ਡੀਜੇ ਰੈਸਟੋਰੈਂਟ ਮੇਕਅਪ ਆਰਟਿਸਟ ਆਦਿ ਵੀ ਸ਼ਾਮਲ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੋਵਿਡ-19 ਪੈਂਡੈਮਿਕ ਕਾਰਨ ਕੈਲੀਫੋਰਨੀਆ 'ਚ ਪਿਛਲੇ ਲੰਬੇ ਸਮੇਂ ਤੋਂ ਇਹ ਵਪਾਰ ਠੱਪ ਹੋ ਕੇ ਰਹਿ ਗਏ ਨੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਨੇ ਕਿ ਇਸ ਵਪ ਕਰੇ ਕੈਲੀਫੋਰਨੀਆ ਇਵੈਂਟਸ ਕੋਲੀਸ਼ਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ 70% ਦੇ ਕਰੀਬ ਇਵੈਂਟ ਕੰਪਨੀਆਂ ਇਹ ਕਾਰੋਬਾਰ ਛੱਡ ਜਾਣਗੀਆਂ ਅੱਜ ਦੇ ਪ੍ਰਦਰਸ਼ਨ ਵਿੱਚ ਮਜਾਰਾਕਾਰੀਆਂ ਵੱਲੋਂ ਦੋ ਅਰਥੀਆਂ ਦੇ ਕਾਸਕ ਵੀ ਸ਼ਾਮਲ ਕੀਤੇ ਗਏ ਸਨ ਜਿਸ ਨਾਲ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਸਨ ਕਿ ਇਹ ਕਾਰੋਬਾਰ ਮਰ ਚੁੱਕਾ ਹੈ ਹਾਈ ਆਮ ਕੇ ਵਿਦ ਦ ਕੈਲੀਫੋਰਨੀਆ ਇਵੈਂਟਸ ਕੋਲੀਸ਼ਨ ਵੀ ਆਰ ਐਨ ਐਡਵੋਕਸੀ ਗਰੂਪ ਫੋਰ ਦ ਲਾਈਵ ਇਵੈਂਟਸ ਇੰਡਸਟਰੀ ਐਂਡ ਸਪੋਰਟਿੰਗ ਅਸ ਫੋਰ ਅ ਸੇਫਰੀ ਓਪਨਿੰਗ ਐਂਡ ਫਾਈਨੈਂਸ਼ੀਅਲ ਰਿਲੀਫ ਟੂ ਗੈਟ ਅਸ ਥਰੂ ਦ ਪੈਂਡੈਮਿਕ sociology and see California events coalition to represent fadian they um sikh weddings punjabi weddings hindu weddings and american weddings as well as other live events so sare event um, industry nu cover karya si sareyan to pehla uh, covid to affect hoyi si te sareyan to baad wapis jaanange kaam te e march ajj capital de vich thara ki gayi hai ki sareyan nu pata chale ki sadi industry nu kinna zyada takka laggeya hai te government di kinni aid chahidi hai ਸਮੇਤ ਕੋਵਿਡ-19 ਕਰਕੇ ਸਾਰੇ ਬਿਜ਼ਨਸ ਜਿਹੜੇ ਆ ਉਹ ਕੈਲੀਫੋਰਨੀਆ ਚ ਠੱਪ ਪਏ ਆ ਆ ਕੁਝ ਬਿਜ਼ਨਸ ਖੁਪਾਵੇਂ ਖੁੱਲ ਗਏ ਆ ਪਰ ਵੈਡਿੰਗਸ ਦਾ ਜਿਹੜਾ ਕੰਮ ਆ ਉਹ ਟੋਟਲ ਬੰਦ ਪਿਆ ਅੱਜ ਇੱਥੇ ਵੈਡਿੰਗ ਪਲਾਨਰਸ ਨੇ ਇਕੱਠਿਆਂ ਹੋ ਕੇ ਚਾਹੇ ਉਹ ਕਿਸੇ ਵੀ ਮਜਬੂਰਦਾਰ ਸੀ ਕਿਸੇ ਵੀ ਭਾਈਚਾਰੇ ਤੋਂ ਸੀ ਉਹ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਕੈਲੀਫੋਰਨੀਆ ਦੀ ਰਾਜਧਾਨੀ ਦੇ ਬਾਹਰ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ ਜਿਸ ਵਿੱਚ ਬਹੁਤ ਸਾਰੇ ਵੈਡਿੰਗ ਪਲਾਨਰਸ ਸ਼ਾਮਲ ਹੋਏ ਉਹਨਾਂ ਦੀ ਮੰਗ ਸੀ ਕਿ ਵੈਡਿੰਗ ਹਾਲ ਵੈਡਿੰਗ ਦੇ ਨਾਲ ਕੋਈ ਵੀ ਜਿਹੜੇ ਬਿਜ਼ਨਸ ਆ ਚਾਹੇ ਵੀਡੀਓ ਆ ਚਾਹੇ ਰੈਸਟੋਰੈਂਟ ਆ ਚਾਹੇ ਹਾਲਸ ਆ ਉਹ ਜਲਦ ਤੋਂ ਜਲਦ ਜਿਹੜੇ ਆ ਉਹ ਖੁੱਲੇ ਜਾਣ ਤਾਂ ਕਿ ਉਹ ਆਪਣੇ ਜਿਹੜਾ ਬੰਦੋਬਸਤ ਕਰ ਸਕਣ ਕੈਮਰਾਮੈਨ ਨਰਮਲਜੀਤ ਨਾਉ ਗੁਰਜਪਿੰਦਰ ਸਿੰਘ ਰੰਦਾਵਾ ਪੰਜਾਬ ਮੈਲ ਯੂਐਸਏ ਕੈਨੇਡਾ ਵਾਸਤੋ ਖਤੜੀ ਮਾਮਲੇ ਚ ਚਾਰ ਹੋਰ ਪੰਜਾਬੀ ਘਿਰ ਗਏ ਨੇ ਇਸ ਮਸਲੇ ਵਿੱਚ ਕੈਨ ਏਸ਼ੀਆ ਇਮੀਗ੍ਰੇਸ਼ਨ ਸਰੀ ਦੇ ਰੁਪਿੰਦਰ ਬਾਰਤ ਨਵਦੀਪ ਕੌਰ ਬਾਠ ਪਹਿਲਾ ਹੀ ਜੇਲ੍ਹ ਵਿੱਚ ਨੇ ਉਹਨਾਂ ਤੋਂ ਕੀਤੀ ਪੁੱਛ ਪੜਤਾਲ ਦੌਰਾਨ ਖੁੱਲੀਆਂ ਪਰਤਾ ਕਰਕੇ ਚਾਰ ਹੋਰ ਪੰਜਾਬੀ ਕਾਰੋਬਾਰੀਆਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਇਸ ਦੌਰਾਨ ਸ਼ੱਕ ਦੀ ਸੂਈ 25 ਹੋਰ ਕੰਪਨੀਆਂ ਤੇ ਪੱਕੇ ਹੋਏ 144 ਵਿਅਕਤੀਆਂ ਤੇ ਆਣ ਖੜੀ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਜਾਂਚ ਅਧਿਕਾਰੀ ਗੈਰੀਟਿ ਲੋਨ ਵੱਲੋਂ ਸਮਾ ਸਿਰ ਕੀਤੀ ਗਈ ਜਾਂਚ ਵਿੱਚ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਸੱਦਨ ਬਦਲੇ ਮੋਟੀਆਂ ਰਕਮਾਂ ਲੈਣ ਦਾ ਭੇਤ ਖੁੱਲਿਆ ਹੈ ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਅਜਿਹੇ ਕਾਰੋਬਾਰੀ ਸਿਆਸੀ ਆਗੂਆਂ ਨਾਲ ਨੇੜਤਾ ਬਣਾ ਕੇ ਗਾਹਕਾਂ ਨੂੰ ਪ੍ਰਭਾਵਿਤ ਕਰਦੇ ਸਨ ਸੂਤਰਾਂ ਮੁਤਾਬਕ ਇਸ ਦੀ ਗਾਜ਼ ਸਿਆਸੀ ਲੋਕਾਂ ਤੇ ਵੀ ਡਿੱਗ ਸਕਦੀ ਹੈ ਜਾਂਚ ਟੀਮ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਚਾਰ ਕਾਰੋਬਾਰੀਆਂ ਵਿੱਚ 올ਿਵਰ ਦੇ ਰਹਿਣ ਵਾਲੇ ਤੇ ਵਾਇਨਰੀ ਦੇ ਮਾਲਕ ਰੰਦੀਰ ਤੂਰ ਅਤੇ 18 ਦੋਸ਼ ਲਾਏ ਗਏ ਨੇ ਉਸ ਉੱਤੇ ਦੋਸ਼ ਹੈ ਕਿ ਉਸਨੇ ਫਰਜੀ ਕੰਪਨੀ ਦੇ ਨਾਂ ਤੇ LMIA ਲੈ ਕੇ ਵੇਚਿਆ ਨੇ ਉਸ ਦੀ ਅਦਾਲਤ 'ਚ ਪੇਸ਼ੀ 21 ਅਕਤੂਬਰ ਨੂੰ ਹੈ ਪੈਂਡਿਕਟਨ ਦੇ ਰੀਅਲ ਅਸਟੇਟ ਕਾਰੋਬਾਰੀ ਸੁਰਿੰਦਰ ਕੁਮਾਰ ਸਿੰਘਲਾ ਉੱਤੇ ਸਰਕਾਰ ਤੇ ਲੋਕਾਂ ਨਾਲ ਫਰਾਡ ਦੇ 10 ਦੋਸ਼ ਲੱਗੇ ਨੇ ਉਸ ਦੀ ਪੇਸ਼ੀ 21 ਅਕਤੂਬਰ ਨੂੰ ਹੈ 60 ਟਰੱਕਾਂ ਦੀ ਫਰੀਟ ਤੇ 100 ਮੁਲਾਜ਼ਮ ਹੋਣ ਦਾ ਫਰਜ਼ੀ ਦਾਵਾ ਕਰਕੇ 10 ਵਿਦੇਸ਼ੀ ਲੋਕਾਂ ਨੂੰ ਪੱਕੇ ਕਰਾਉਣ ਬਦਲੇ ਮੋਟੀਆਂ ਰਕਮਾਂ ਲੈਣ ਵਾਲੇ ਬਰਨਬੀ ਵਾਸੀ ਵੇਦ ਕਲੇਅਰ ਉੱਤੇ 6 ਦੋਸ਼ ਨੇ ਐਜ਼ੀ 4 ਸਿਕਿਉਰਿਟੀ ਕੰਪਨੀ ਦੇ ਮਾਲਕ ਗੁਰਤਾਜ ਸਿੰਘ ਗਰੇਵਾਲ ਉਤੇ ਇੱਕ ਔਰਤ ਨੂੰ ਪੱਕੀ ਕਰਾਉਣ ਦੇ ਲਈ ਸਰਕਾਰ ਕੋਲ ਫਰਜੀ ਸਬੂਤ ਪੇਸ਼ ਕਰਨ ਦਾ ਦੋਸ਼ ਲੱਗਿਆ ਹੈ ਉਸ ਨੂੰ 15 ਅਕਤੂਬਰ ਨੂੰ ਸਰੇਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਾਂਚ ਦੌਰਾਨ ਪਤਾ ਲੱਗਾ ਕਿ ਬੇਸ਼ੱਕ ਸਾਰੇ ਝਾਲੀ ਦਸਤਾਵੇਜ਼ ਰੁਪਿੰਦਰ ਬਾਠ ਵੱਲੋਂ ਤਿਆਰ ਕੀਤੇ ਗਏ ਸਨ ਪਰ ਉਸ ਵਿੱਚ ਦੋਸ਼ੀਆਂ ਦੀ ਸਹਿਮਤੀ ਹੁੰਦੀ ਸੀ ਕੈਨੇਡਾ ਦੇ ਮੌਂਟਰੀਅਲ 'ਚ ਕਾਰ ਹਾਦਸੇ ਦੌਰਾਨ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਦੌਰਾਨ 22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇੱਕ ਕਾਰ 'ਚ ਸਵਾਰ ਸਨ ਤੇ ਹਾ사 ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡੇਗੀ ਇਸ ਹਾਦਸੇ ਵਿੱਚ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋ ਗਈ ਹੈ Montreal ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਾਰ ਕਿਵੇਂ ਲੇਕ ਚ ਪਹੁੰਚ ਗਈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਾਰ ਦੇ ਰੁਬਨ ਦਾ ਉਸ ਵੇਲੇ ਪਤਾ ਲੱਗਾ ਜਦੋਂ ਕਾਰ ਲੇਕ ਚ ਪੂਰੀ ਤਰ੍ਹਾਂ ਡੁੱਬ ਕੇ ਕਿਨਾਰੇ ਚੀਰ ਦੀ ਅੰਦਰ ਜਾ ਰਹੀ ਸੀ ਉਹਨਾਂ ਦੱਸਿਆ ਕਿ ਇੱਕ ਹੋਰ ਨੌਜਵਾਨ ਨੇ ਇਸ ਜੋੜੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕਿਆ ਤੇ ਹੁਣ ਪੁਲਿਸ ਨੇ ਲੇਕ ਚੋਂ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੈਨੇਡਾ ਦੇ ਵਿੰਸਰ ਵਿਖੇ ਕੈਨੇਡਾ ਅਮਰੀਕਾ ਸਰਹੱਦੀ ਲਾਂਘੇ ਤੋਂ ਕੈਨੇਡਾ ਦੇ ਕਸਟਮ ਅਧਿਕਾਰੀਆਂ ਨੇ ਇੱਕ ਟਰੱਕ ਵਿੱਚੋਂ ਲਗਭਗ 27 ਲੱਖ ਡਾਲਰਾਂ ਦੇ ਮੁੱਲ ਦਾ 21 ਕਿਲੋ ਨਸ਼ੀਲਾ ਪਦਾਰਥ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਟਰੱਕ ਡਰਾਈਵਰ ਜਸਪੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਤਾ ਲੱਗਾ ਹੈ ਕਿ ਬੀਤੇ ਦਿਨੀ ਜਦੋਂ ਅਮਰੀਕਾ ਵੱਲੋਂ ਐਮਬੈਸਡਰ ਬੈਰੀਜ ਤੋਂ ਟਰੱਕ ਕੈਨੇਡਾ ਵਿੱਚ ਦਾਖਲ ਹੋਇਆ ਤਾਂ ਉਸ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਜਿਸ ਦੌਰਾਨ ਇੱਕ ਕਾਲੇ ਬੈਗ ਵਿੱਚੋਂ ਨਸ਼ੇ ਮਿਲਿਸਨ ਜਾਣਕਾਰੀ ਅਨੁਸਾਰ ਜਸਪ੍ਰੀਤ ਬ੍ਰੈਂਟਨ ਵਾਸੀ ਹੈ ਤੇ ਉਸ ਵਿਰੋਧ ਨਸ਼ੇ ਰੱਖਣ ਦੇ ਕੇਸ ਅਰਜ ਕੀਤੇ ਗਏ ਨੇ ਉਸ ਨੂੰ ਵਿੰਸਰ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਯੁਕਤ ਅਰਬ ਅਮੀਰਾਤ ਵਿੱਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ 7 ਲੋਕਾਂ ਦੇ ਸਮੂਹ ਨੇ ਇੱਕ ਭਾਰਤੀ ਤੇ ਡੰਡਿਆਂ ਨਾਲ ਹਮਲਾ ਕੀਤਾ ਤੇ ਉਸ ਦੇ ਪੈਸੇ ਖੋਲੇ ਦੁਬਈ ਦੀ ਇੱਕ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ 7 ਹਮਲਾਵਰਾਂ ਵਿੱਚ 4 ਪਾਕਿਸਤਾਨੀ 2 ਨੇਪਾਲੀ ਅਤੇ 1 ਭਾਰਤੀ ਸ਼ਾਮਲ ਹੈ ਉਹ ਅਲਰੀਫਾ ਇਲਾਕੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਦੇ ਸਨ। ਉਹਨਾਂ ਨੇ ਜੁਲਾਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਸਾਹਮਣੇ 29 ਸਾਲਾ ਭਾਰਤੀ ਤੇ ਹਮਲਾ ਕਰ ਦਿੱਤਾ ਸੀ। ਅਧਿਕਾਰਤ ਰਿਕਾਰਡ ਦੇ ਮੁਤਾਬਕ ਪੀੜਤ ਨੇ ਕਿਹਾ ਕਿ ਮੈਂ ਦੋਸ਼ੀਆਂ ਨੂੰ ਜਾਣਦਾ ਸੀ ਕਿਉਂਕਿ ਮੈਂ ਹਰ ਰੋਜ਼ ਉਹਨਾਂ ਨੂੰ ਇਲਾਕੇ ਵਿੱਚ ਸ਼ਰਾਬ ਵੇਚਦੇ ਦੇਖਦਾ ਹੁੰਦਾ ਸੀ। ਮੈਂ ਦੁਬਈ ਪੁਲਿਸ ਨੂੰ ਇਸ ਦੀ ਸੂਚਨਾ ਦੇਣ ਦੇ ਲਈ ਉਹਨਾਂ ਦੀ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਿਆ ਸੀ। ਜਦੋਂ ਉਹਨਾਂ ਨੂੰ ਇਸ ਬਾਰੇ ਵਿੱਚ ਪਤਾ ਚੱਲਿਆ ਤਾਂ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਜ਼ਮੀਨ ਤੇ ਸੁੱਟ ਕੇ ਭਾਰਤੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਉਸਦੇ 1 ਸੋ ਦ੍ਰਾਮ ਲੈ ਕੇ ਭੱਜ ਗਏ ਇਹ ਸੀ ਅੱਜ ਦੀਆਂ ਖਾਸ ਖਬਰਾਂ ਤੇ ਹੋਰ ਦੁਨੀਆ ਦੀਆਂ ਖਬਰਾਂ ਜਾਣਨ ਦੇ ਲਈ ਬਨੇ ਰੋ ਪੰਜਾਬ ਮੇਲ ਯੂਐਸਏ ਟੀਵੀ ਤੇ ਧੰਨਵਾਦ